ਭਾਰੀ ਬਰਸਾਤ ਨਾਲ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਮਿਲੀ ਨਿਜਾਤ। ਉੱਤਰ ਭਾਰਤ ਵਿੱਚ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦੇ ਸਾਹ ਸੁਕਾ ਦਿੱਤੇ ਸਨ ਅਤੇ ਮਾਨਸੂਨ ਤੋਂ ਪਹਿਲਾਂ ਹੋਈ ਬਰਸਾਤ ਨੇ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਲਿਆ ਦਿੱਤੀ ਅਤੇ ਲੋਕਾਂ ਨੇ ਅੱਤ ਦੀ ਗਰਮੀ ਤੋਂ ਕਾਫ਼ੀ ਰਾਹਤ ਮਹਿਸੂਸ ਕੀਤੀ। ਮੌਸਮ ਵਿਭਾਗ ਨੇ ਅਗਲੇ 3 ਦਿਨ ਪੰਜਾਬ ਵਿੱਚ ਭਾਰੀ ਬਰਸਾਤ ਦੀ ਸੰਭਾਵਨਾ ਜਿਤਾਈ ਹੈ। ਜੇ ਗੱਲ ਕਰੀਏ ਵਿਰਾਸਤੀ ਸ਼ਹਿਰ ਨਾਭਾ ਦੀ ਤਾਂ ਇੱਥੇ ਹੋਈ ਬਰਸਾਤ ਨੇ ਬੇਸ਼ੱਕ ਮੌਸਮ ਸੁਹਾਵਣਾ ਬਣਾ ਦਿੱਤਾ, ਪਰੰਤੂ ਬਰਸਾਤ ਕਾਰਨ ਸ਼ਹਿਰ ਦੇ ਬਾਜ਼ਾਰਾਂ ਵਿੱਚ ਪਾਣੀ ਭਰ ਗਿਆ ਅਤੇ ਸਾਰੀਆਂ ਦੁਕਾਨਾਂ ਬੰਦ ਪਈਆਂ ਹਨ। ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਪਾਣੀ ਖੜ੍ਹਾ ਇੱਥੇ, ਬੱਚਿਆਂ ਨੇ ਜਾਣਾ ਜਾਂ ਬਾਜ਼ਾਰ ਜਾਣਾ, ਸਕੂਲ ਜਾਣਾ, ਕੁਛ ਨਹੀਂ ਹੈ। ਹੋਰ ਜੀ, ਅਤੇ ਕੋਈ ਕੰਮ ਕਾਰ ਵਾਲਾ ਨਹੀਂ ਹੈ, ਕੋਈ ਗਾਹਕ ਨਹੀਂ ਹੈ, ਪਾਣੀ ਬਹੁਤ ਖੜ੍ਹਾ, ਸਾਰਾ ਬੰਦ ਹੋਇਆ ਹੈ। ਉੱਧਰ ਬਰਸਾਤ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਲੈ ਆਉਂਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਲਈ ਝੋਨੇ ਦੀ ਬਿਜਾਈ ਕਰਨੀ ਸੌਖੀ ਹੋ ਗਈ ਹੈ, ਜਦਕਿ ਪਹਿਲਾਂ ਉਹਨਾਂ ਨੂੰ ਫਸਲ ਦੀ ਬਿਜਾਈ ਲਈ ਮਹਿੰਗੇ ਭਾਅ ਦਾ ਡੀਜ਼ਲ ਇਸਤੇਮਾਲ ਕਰਨਾ ਪੈਂਦਾ ਸੀ। ਬਹੁਤ ਫਾਇਦਾ ਹੋਇਆ ਜੀ। ਇਹਦੇ ਨਾਲ ਫਾਇਦਾ, ਜੀਰੀ ਜਿਹੜੀ ਲੱਗਣ ਕਿ ਨਹੀਂ ਖੜ੍ਹੀ ਤੀ, ਉਹ ਛੇਤੀ ਲੱਗੂ। ਹਾਂ, ਪਾਣੀ ਦਾ ਬਹੁਤ ਫਾਇਦਾ ਪਊ, ਲਾਈਟ ਵੀ ਵੱਧ ਗਈ। ਹਾਂ, ਲਾਈਟ ਦੇ ਨਾਲ ਫਾਇਦਾ ਹੋਊਗਾ, ਕੱਟ ਵੀ ਨਹੀਂ ਲੱਗਣੇ, ਪਾਣੀ ਮੋਟਰਾਂ ਵੀ ਘੱਟ ਚੱਲਣਗੀਆਂ ਬਾਰਿਸ਼ ਨਾਲ, ਹੇਠਲਾ ਪਾਣੀ ਦਾ ਫਾਇਦਾ ਰਹੂਗਾ। ਅਸੀਂ ਤਾਂ ਬਹੁਤ ਲਾਹੇਵੰਦ ਮੰਨਦੇ ਹਾਂ ਜੀ। ਇਹਦੇ ਨਾਲ ਬਹੁਤ ਜ਼ਿਆਦਾ ਲਾਭ ਹੋਇਆ ਜੀ, ਡੀਜ਼ਲ ਬਚ ਗਿਆ ਕਿਸਾਨਾਂ ਦਾ ਅਤੇ ਗਰਮੀ ਘੱਟ ਗਈ, ਬਹੁਤ ਫਾਇਦਾ ਹੋਜੂ। ਜੀਰੀ ਜਿਹੜੀ ਨਾਲ ਲੱਗੂਗੀ, ਨਾਲ ਦੀ ਨਾਲ ਚੱਲੂਗੀ ਜੀ, ਉਹ ਬਹੁਤ ਜ਼ਿਆਦਾ ਫਾਇਦਾ ਹੋ ਗਿਆ ਜੀ। ਇਹਦੇ ਨਾਲ ਜ਼ਿਆਦਾ ਫਾਇਦਾ ਹੋਇਆ ਜੀ, ਲਾਈਟ ਵੀ ਵਧੀਆ ਚੱਲੂਗੀ ਜੀ, ਲਾਈਟ ਦਾ ਵੀ ਬਹੁਤ ਖਪਤ ਘੱਟ ਜੂਗੀ ਜੀ, ਮੋਟਰਾਂ ਖੜ੍ਹ ਗਈਆਂ ਲੋਕਾਂ ਦੀਆਂ, ਪਾਣੀ ਦਾ ਫਾਇਦਾ ਹੋ ਗਿਆ ਬਹੁਤ। ਨਹੀਂ ਜੀ, ਕੋਈ ਨੁਕਸਾਨ ਨਹੀਂ, ਜਿਹੜੀਆਂ ਜਿਵੇਂ ਜ਼ਿਆਦਾ ਨੀਵੀਆਂ ਨੇ, ਟੋਇਆਂ ਟਾਇਆਂ ਵਾਲੀਆਂ ਨੇ, ਉਹਨਾਂ ਨੂੰ ਤਾਂ ਹੋ ਸਕਦਾ, ਜਿਵੇਂ ਜਿਹੜੇ ਪੱਧਰ ਵਾਹਣ ਨੇ ਉਹਨਾਂ ਨੂੰ ਤਾਂ ਕੋਈ ਨੁਕਸਾਨ ਨਹੀਂ ਇਹਦਾ।